ਕਰਉਣ ਜਾਣਾ ਗਰੰਥੀ ਕੋਲ ਤੇ ਇਦਾਂ ਉਹਨੇ ਕੋ ਸ਼ਬਦ ਪੜਨ ਨਾਲ ਪੀੜੇ ਨੂੰ ਇਦਾਂ ਕਰ ਦੇਣਾ ਜਾ ਕੇ ਮੱਝ ਗਾਂ ਨੂੰ ਦੇਣਾ ਮੱਝ ਗਾਂ ਮਿਲ ਪੈਣੀ ਜੇ ਗਰੰਥੀ ਉੱਥੇ ਪੜਿਆ ਲਿਖਿਆ ਆ ਜੇ ਸਿਆਣਾ ਆ ਜੇ ਅਸੀਂ ਪਹਿਲੇ ਦੇ ਭਲੇਖੇ ਜਾਈਓ ਕਹੂਗਾ ਬੀਬਾ ਵੀ ਮੱਝ ਗਾਂ ਨੂੰ ਗਾਚਾ ਪਾਓ ਪੱਠੇ ਪਾਓ ਸਟਾਲਾ ਪਾਓ ਉਹਨੂੰ ਹਰੇ ਪੱਠੇ ਪਾਓ ਖਲ ਵੜੇਵੇਂ ਪਾਓ ਨੂੰ ਆ ਪੀੜਿਆਂ ਨਾਲ ਗੱਲ ਨਹੀਂ ਬਣਦੀ ਅੱਛਾ ਫੇਰ ਕੀ ਕਹਿੰਦਾ ਜਾਣ ਲੱਗਿਆ ਬੁੜਬੁੜ ਕਰਦੇ ਕਹਿਣਾ ਉਹ ਇਹ ਕਿੱਥੋਂ ਰੱਖ ਲਿਆ ਗਰੰਥੀ ਉਹ ਪਹਿਲਾ ਚੰਗਾ ਸੀ ਨਿਆਣਿਆਂ ਨੂੰ ਫਾਂਡੇ ਵੀ ਕਰ ਦਿੰਦਾ ਸੀ ਇਹ ਨਹੀਂ ਕਹਿਣਾ ਵੀ ਪਹਿਲਾ ਮਾੜਾ ਸੀ ਇਹ ਚੰਗਾ ਵਾ ਬੋਲੋ ਭਾਈ ਉਹ ਬੋਲੋ ਗੁਰੂ ਕੇ ਪਿਆਰੇਓ ਇਹ ਨਹੀਂ ਕਹਿਣਾ ਵੀ ਇਹ ਸਾਨੂੰ ਸਗੋਂ ਰੋਕਦਾ ਵਾ ਇਹ ਚੰਗਾ ਵਾ ਇਹ ਜਾਣ ਲੱਗਿਆ ਕਹਿਣਾ ਵੀ ਉਹ ਉਹ ਚੰਗਾ ਸੀ ਅਛਾ ਮੰਨ ਲਓ ਵੀ ਪੇੜੇ ਨਾਲ ਮੱਝ ਮਿਲੀ ਭਲਾ ਮੱਝ ਕਿੱਦਾਂ ਮਿਲੀ ਅਨੁਕਤਾ ਸੁਣੇ ਹੋਣ ਧਿਆਨ ਨਾਲ ਹੁਣ ਜਦੋਂ ਮੱਝ ਨੂੰ ਚੋਣ ਲੱਗੇ ਜਿਹੜੇ ਮੱਝਾਂ ਗਾਵਾਂ ਰੱਖਦੇ ਆ ਨਾ ਕਈ ਵਾਰੀ ਮੱਝਾਂ ਗਾਵਾਂ ਨੂੰ ਤੁਸੀਂ ਟਾਈਮ ਚੇਂਜ ਕਰਦੇ ਹੋ ਤਾਂ ਵੀ ਮੱਝ ਨਹੀਂ ਮਿਲਦੀ। ਕਈ ਵਾਰੀ ਅੱਛਾ ਇੱਕ ਚੀਜ਼ ਕਿਉਂਕਿ ਸਾਡਾ ਆ ਕੰਮ ਆਪ ਕਿ ਕਿਸਾਨੀ ਦਾ ਮੈਨੂੰ ਪਤਾ ਜੇ ਤੁਸੀਂ ਮੱਝ ਗਾਂ ਨੂੰ ਰੋਜ਼ ਜਗ੍ਹਾ ਚੇਂਜ ਕਰਦੇ ਹੋ ਚੋਣ ਵਾਲੀ ਕਈ ਵਾਰੀ ਤਾਂ ਵੀ ਉੱਟਕ ਜਾਂਦੀ ਹੈ। ਕਈਆਂ ਮੱਝਾਂ ਗਾਵਾਂ ਦਾ ਇਹ ਸਮਾਂਦਾ ਵੀ ਉਹਨੂੰ ਇੱਕੇ ਕਿੱਲੇ ਤੇ ਰੱਖ ਕੇ ਤੁਸੀਂ ਚੋਣਾ ਇੱਕੇ ਕਿੱਲੇ ਨਾਲ ਬੰਨ ਕੇ ਚੋਣਾ ਜਾਂ ਉਹਨੂੰ ਕਈ ਕਈਆਂ ਦੇ ਹੱਥ ਲੱਗੀਆਂ ਹੁੰਦੀਆਂ ਨੇ ਇਹ ਸਭ ਇਹ ਤੁਹਾਨੂੰ ਹਰ ਪਸ਼ੂ ਵਿੱਚ ਵੱਖਰੇ ਵੱਖਰੇ ਲੱਛਣ ਮਿਲਣ ਲੱਗੇ। ਤੇ ਕਈ ਪਸ਼ੂ ਐਦਾਂ ਦੇ ਆ ਜਿਹੜਾ ਮਰਜੀ ਥਾਪੀ ਮਾਰੇ ਕਈ ਐਦਾਂ ਦੀਆਂ گاਵਾں ਵੀ ਹੈਗੀਆਂ ਘਰ ਪਰੌਣਾ ਆਵੇ ਜਦੋਂ ਮਰਜੀ ਦੁੱਧ ਚੋਲੋ ਤੇ ਕਈ گاਵਾں ਐਦਾਂ ਮੱਝਾਂ گاਵਾں ਐਦਾਂ ਦੀਆਂ ਤੁਸੀਂ ਹੁਣ ਮੱਝ ਗਾਂ ਭੁਖੀ ਸਵੇਰ ਦੀ ਬੱਜੀ ਆ ਪੱਠੇ ਉਹਨੂੰ ਸਵੇਰ ਦੇ ਪਾਏ ਕੋਈ ਨਹੀਂ ਬੇਟਾਈ ਮੀ ਚੋਣ ਲਗੇ ਉਹ ਮਿਲੀ ਨਹੀਂ ਪੜੇ ਪੇੜਾ ਕਰਨ ਤੁਰ ਪੇ ਹੁਣ ਪੇੜਾ ਕਰਨ ਜਾਣਾ ਉਹਦੇ ਲਈ 10 20 25 ਮਿੰਟ ਲੱਗਣਗੇ ਉਦੋਂ ਤੱਕ ਉਹ ਦੋ ਟੋਕਰੇ ਪੱਠੇ ਖਾ ਗਈ ਆਉਂਦਿਆਂ ਨੂੰ ਪੇੜਾ ਤਾਂ ਮੱਝ ਮਿਲ ਗਈ ਮਿਲੀ ਆ ਪੱਠੇ ਖਾ ਕੇ ਨਾ ਕੀ ਦਾ ਲਗਾ ਪੇੜੇ ਦਾ ਇਦਾਂ ਜਿਹੜੇ ਲੋਕ ਬਾਬਿਆਂ ਕੋ ਜਾਂਦੇ ਬਾਬਾ ਜੀ 3 ਸਾਲ ਹੋ ਗਏ ਪੁੱਤ ਦਾ ਵਿਆਹ ਕੀਤੇ ਨੂੰ ਕੋ ਅਰਦਾਸ ਕਰੋ ਨਾ ਚਲੋ ਬਾਬੇ ਨੇ ਕਿਹਾ ਕੋਈ ਨਹੀਂ ਮਾਰਿਆ ਭਲਾ ਕਰੋ ਪੁੱਤਰ ਦਾ ਦਾਤ ਬਖਸ਼ੀ ਹੁਣ ਬਾਬਾ ਗਿਆ 100 ਘਰਾਂ 'ਚ ਤੇ 50 60 ਦੇ ਘਰ ਜਵਾਗ ਸੁਖ ਨਾ ਹੋ ਜਾਣੇ ਆ ਉਹ ਜਿਹੜੇ 50 60 ਵਾ ਉਹਨਾਂ ਨੇ ਕੀ ਕਹਿਣਾ ਭਲਾ ਅੱਗੇ ਤੁਸੀਂ ਬੋਲਦੇ ਹੁਣ ਸਾਰੀਆਂ ਗੱਲਾਂ ਮੇਰੇ ਕੋਲ ਨਾ ਕੋ ਆਓ ਵੀ ਮਾਹ ਪਰਖਾਂ ਦੀ ਅਰਦਾਸ ਨਾਲ ਕਿਰਪਾ ਨਾ ਹੋਇਆ ਦੂਜਾ ਨੁਕਤਾ ਆਪਣੀ ਫਾਈਲ ਤਿਆਰ ਕੀਤੀ ਪੇਪਰ ਭਰੇ ਸਾਰਾ ਕੁਝ ਬਾਬਾ ਜੀ ਕਿਰਪਾ ਕਰੋ ਪੁੱਤ ਬਾਹਰ ਚਲ ਜਵੇ ਚਲੋ ਬਾਬੇ ਨੇ ਅਰਦਾਸ ਕੀਤੀ 100 ਜਵਾਕਾਂ ਦੀ 100 ਵਿੱਚੋਂ 40 50 ਚਲੇਗੇ ਪੱਕੇ ਤੇ ਸੁਖਣਾ ਇਹ ਸੁਖਤੀ ਕਿ ਬਾਬਾ ਜਦੋਂ ਪੁੱਤ ਪੱਕਾ ਹੋਊ ਪਹਿਲੀ ਤਨਖਾਹ ਅੱਗੇ ਬੋਲੋ ਜੀ ਤੁਹਾਡੇ ਆਓ ਚਲੋ ਮਹਾਰਾਜ ਦੀ ਕਿਰਪਾ ਨਾਲ ਇਥੋਂ ਦਾ 2 ਲੱਖ ਉਹਦੇ ਉੱਥੋਂ ਵਾਸਤੇ 15 10 15 ਵੱਧ ਤੋਂ ਵੱਧ 2-3 ਹਜ਼ਾਰ ਡਾਲਰ ਹੀ ਹੁੰਦਾ ਉਹ 50 ਪੱਕੇ ਹੋ ਗਏ 50 ਦੀ ਗੱਲ ਨਹੀਂ ਬਣੀ ਇਹ ਇਦਾਂ ਟਰੈਵਲ ਜੈਂਟ ਵੀ ਇੰਨੀ कुंठੀ ਰੱਖਦੇ ਆ ਫਾਰਮ ਭਰਨ ਦਾ ਕੋਈ ਇਨਾ ਖਰਚ ਨਹੀਂ ਜਿਹੜੇ ਪੜੇ ਲਿਖੇ ਬੱਚੇ ਉਹ ਤੇ ਘਰੋਂ ਹੀ ਸਿੱਧਾ ਅਪਲਾਈ ਕਰਦੇ ਆ ਉਹ ਤੇ ਕਹਿੰਦੇ ਸਾਨੂੰ ਪਤਾ ਨੁਕਤਿਆਂ ਦਾ ਵੀ ਗੱਲ ਕਰਦੀ ਫਾਰਮ ਭਰਨ ਦੇ ਕਿੰਨੇ ਕੇ ਪੈਸੇ ਆ ਉਹਨੂੰ ਪਤਾ ਵੀ ਜੇ ਤੇ ਲੱਗ ਗਿਆ ਤਾਂ ਠੀਕ ਹੈ ਨਾ ਲੱਗ ਗਿਆ ਤਾਂ ਠੀਕ ਹੁਣ ਗੱਲ ਕੀ ਬਣੀ 50 ਦਾ ਵੀਜ਼ਾ ਲੱਗ ਗਿਆ ਜੇ 50 ਬੱਚੇ ਬਾਹਰੋਂ ਵਜੇ ਪਹਿਲੀ ਤਨਖਾਹ 2-2 ਲੱਖ ਭੇਜਣਗੇ ਕਿੰਨਾ ਆ ਗਿਆ ਬਾਬੇ ਕੋਲ ਬੋਲ ਕੇ ਤੁਸੀਂ ਦੱਸੋਣ ਕਰੋੜ ਜਿਨ੍ਹਾਂ 50 ਦਾ ਨਹੀਂ ਲੱਗਾ ਉਹਨਾਂ ਪੁੱਤੇ ਖੜਾ ਕਿਸਮਤ ਮਾੜੀ ਸਾਡਾ ਬਾਹਲੀ ਟੂਟੀ ਚ ਪਾਣੀ ਨਾ ਲਿਖਿਆ ਜੇ ਨਹੀਂ ਲਿਖਿਆ ਤੁਸੀਂ ੱੱਕੇ ਖਾਣ ਗਏ ਸੀ ਉੱਥੇ ਜੇ ਤੁਹਾਨੂੰ ਪਹਿਲੇ ਪਤਾ ਵੀ ਤੁਹਾਡਾ ਉਸ ਟੂਟੀ ਤੇ ਨਾਂ ਹੀ ਨਹੀਂ ਲਿਖਿਆ